ਜੋ ਪ੍ਰਭ ਕੋ ਮਿਲ ਬੋਚ ਹੈ
ਸਾਜ ਕਰੇਗਾ ਖਾਲਸਾ ਕੀ ਰਹਿਣਾ, ਪਾਰ ਹੋਏ ਸਭ ਮਿਲਣਗੇ ਬਚੇ ਸਰਣ ਜੋ ਓਂਕਾਰ, ਪਾਰ ਹੋਏ ਸਭ ਮਿਲਣਗੇ ਬਚੇ ਸਰਣ ਜੋ ਜਿਨ੍ਹਾਂ ਨੇ 11 ਸਾਲ ਮੇਰੇ ਨਾਲ ਰਲ ਕੇ ਮੋਢੇ ਨਾਲ ਮੋਢਾ ਢਾਹ ਕੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਦਾ ਯਤਨ ਕੀਤਾ।
भाई मनप्रीत सिंह जी जो कि एक गुरमुख रूप उन्हां दी अंतम अरदास दे विच एकत्र होए हां, जो कि कुछ दिन पहला छोटी जिही उम्र दे विच परिवार संसार नूं सदी भी विछोड़ा दे गए। मौत का विछोड़ा एक ऐसा विछोड़ा है, ਦੇ ਨੇ ਅੱਖਾਂ ਪਰ ਆਉਂਦੀਆਂ ਨੇ ਆਪਣੇ ਨੂੰ ਯਾਦ ਕਰਕੇ, ਪਰ ਨਾਲ ਹੀ ਮਨਾ ਕੋਈ ਗੱਲ ਨਹੀਂ। ਕੁਝ ਦਿਨਾਂ ਦਾ, ਕੁਝ ਮਹੀਨਿਆਂ ਦਾ, ਕੁਝ ਸਾਲਾਂ ਦਾ ਵਿਛੋੜਾ। ਬਾਬਾ ਜੀ ਕਹਿੰਦੇ ਮੌਤ ਦਾ ਇੱਕ ਐਸਾ ਵਿਛੋੜਾ ਹੈ ਜਿਹਦੇ ਵਿੱਚ ਕੋਈ ਨਹੀਂ ਮਿਲਣ ਦੀ ਕੋਈ ਚਾਂਸ। ਸਭਨਾ ਮਰਨਾ ਆਇਆ ਵਿਛੋੜਾ ਸੀ, ਇਹ ਵਿਛੋੜਾ ਬੜਾ ਦੁੱਖਦਾਈ ਹੈ, ਖਾਸ ਕਰਕੇ ਪਰਿਵਾਰ ਵਾਸਤੇ ਅਤੇ ਜਿਹਨਾਂ ਜਿਹਨਾਂ ਦੀ ਨੇੜਤਾ ਹੋਵੇ ਉਹਨਾਂ ਵਾਸਤੇ ਦੁੱਖਦਾਈ ਜ਼ਿਆਦਾ। ਪਰ ਬਾਬਾ ਜੀ ਨੇ ਸਾਨੂੰ ਇੱਕ ਸੋਨਾ ਪਾਣੀ ਪੜਨੀ, ਉਹਦੇ ਨਾਲ ਕੀ ਹੋਵੇਗਾ, ਇੱਕ ਹੌਸਲਾ ਮਿਲ, ਪਾਣੀ ਇੱਕ ਦਵਾਈ ਹੈ ਇਸ ਡਿੱਗਦੇ ਹੋਏ ਮਨ ਨੂੰ ਖੜਿਆ ਕਰਨ ਵਾਸਤੇ। ਕਿਸੇ ਚੀਜ਼ ਦੇ ਨਾਲ ਨਹੀਂ ਜਾ ਸਕਦਾ, ਘਟਾਇਆ ਜਾ ਸਕਦਾ ਹੈ, ਮਨ ਹੌਸਲੇ ਵਿੱਚ ਆ ਸਕਦਾ ਹੈ ਬਾਣੀ ਪੜ੍ਹ ਕੇ, ਬਾਣੀ ਸੁਣ ਕੇ। ਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ, ਸਤਿਗੁਰੂ ਜੀ ਪਿੱਛੇ ਪਰਿਵਾਰ ਨੂੰ ਇਸ ਬਾਣੀ ਨੂੰ ਮੰਨ ਸਕਣ। ਇਹ ਭਾਣਾ ਮੰਨਿਆ ਜਾ ਸਕਦਾ ਕੇਵਲ ਆਪਾਂ ਸਾਰੇ ਜਣੇ ਪੜ੍ਹੀਏ, ਇਹੀ ਸਾਡੀ ਇੱਕ ਅਰਦਾਸ ਹੈ ਜੋ ਗੁਰਸਿੱਖ ਦਾ ਪਹਿਲਾ ਫਰਜ਼ ਹੈ। ਇਹ ਸੰਗ ਰਹਿਤੇ ਕਹਾ ਗਏ ਬਾਬਾ, ਸੰਗ ਰਹਿ ਤੇ
था के पंच दूत सब दस के
मेरे सारा हर नाल साचे साहिबा क्या ना।
नहीं कर तेरे सदा तेरे सब कुछ है देह सो पावे सदा सुसाला तेरी नाम मन बसावे नाम जिनके मन बसया बाजे शब्द करे सच्चे साहिब क्या नहीं कर तेरे साचा नाम रायादार साच नाम आधार मेरा जन भुखा सब गवाइयां सदा कुर्बान किता गुरु विटो जिसकियां ने वड़ियाइयां नानक सुनो संतो शब्द तरो ना मेरा आधार वाजे पंच शब्द तितकार सवागे शब्द वाजे काज करतारिया पंच दूत तुझ वासे कीते काल कंठक मारिया करम पाया तुझ जिनको से नाम हर कहलाके कह नानक तिस को आत कर अनहद वाजे आनंद सुनो बड पादा पिउतरे सोनी सच्ची माणी पवन गुरु बाणी पिता माता करत महते ਚੰਗੀਆਂ ਗੁਰਿਆਈਆਂ ਵਾਚੈ ਤਰਮੈ ਦੂਰੇ ਆਲੇ ਕੇਤੀ ਛੁੱਟੀ ਨਾਲ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋ ਨਿਧੀ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਇਹਨਾਂ ਪਿਆਰਿਆਂ ਸਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਦਰ ਚਾਰ ਆਇਤ ਦੇਖ ਦੇਖ ਫਤਿਹ ਮਿਰਤ ਕੀ ਪਹਿਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਚੰਡੇ ਮੁੱਕੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਆ ਸ੍ਰੀ ਮਾਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਨਿਦਾਰਿਆਂ ਦੇ ਨਿਓਟੀ ਧੰਨ ਧੰਨ ਬਾਬਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਪਾਤਸ਼ਾਹ ਜੀ ਆਪ ਜੀ ਦਾ ਅਟਲ ਫਰਮਾਨ ਜਿਵਾ ਕੁੰਸਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਮਨਪ੍ਰੀਤ ਸਿੰਘ ਪਾਤਸ਼ਾਹ ਜੀ ਜਿੰਨੇ ਕਿ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸਮਾਪਤ ਕਰਦਿਆਂ ਹੋਇਆ ਅਕਾਲ ਚਲਾਣਾ ਕਰ ਗਏ ਸੱਚੇ ਪਾਤਸ਼ਾਹ ਜੀਓ ਆਤਮਕ ਕਲਿਆਣਤਾ ਵਾਸਤੇ ਤਿਨਾਂ ਦੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਦੇ ਅਖੰਡ ਜਾਪ ਪ੍ਰਾਰੰਭ ਕਰਾਏ ਸਨ ਸੰਪੂਰਨ ਭੋਗ ਪਾਏ ਭੋਗ ਉਪਰੰਤ ਖੁੱਲੇ ਪੰਡਾਲਾਂ ਚ ਦੀਵਾਨ ਸਜਾਏ ਸਜੇ ਦੀਵਾਨਾਂ ਦੇ ਵਿੱਚ ਗੁਰਬਾਣੀ ਦਾ ਵਿਰਾਗਮਈ ਕੀਰਤਨ
ਕੀਤਾ ਪਾਤਸ਼ਾਹ ਜੀ ਆ ਜੈ ਪੜੀ ਅਨੰਦ ਸਾਹਿਬ ਜੀ ਦੀ ਅਰਦਾਸ ਭੁੱਲਾਂ ਗਲਤੀਆਂ ਮਾਫ ਕਰਨੀਆਂ ਅਗਾਂਹ ਤੋਂ ਸੁਮਤ ਬਖਸ਼ਣੀ ਸਮੁੱਚੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ ਕਰਕੇ ਪਰਲੋਕ ਦੇ ਵਿਛੜੇ ਪੈਂਦਿਆਂ ਚ ਸਹਾਈ ਹੋਣਾ ਆਪਣੇ ਚਰਨਾਂ ਚ ਸਦੀ ਵਿਕਾਰ ਦਾ ਨਿਵਾਸ ਬਖਸ਼ਣਾ ਸਮੂਹ ਸੰਗਤਾਂ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਬੇਅੰਤ ਸੇਵਾਵਾਂ ਕੀਤੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸੇਵਕ ਪਰਿਵਾਰ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਸਮੂਹ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਪਾਵਨ ਹੁਕਮਨਾਮਾ ਬਖਸ਼ੋ ਜੋ ਆਪ ਜੀ ਦੇ ਦਰ ਤੇ ਆਵੇ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚੈ ਹੈ ਰਾਜ ਕਰੇਗਾ ਖਾਲਸਾ ਕੀ ਰਹਿਣਾ ਖੁਆਰ ਹੋਏ ਸਭ ਮਿਲਣਗੇ ਬਚੇ ਸਰਣ ਜੋ ਖੁਆਰ ਹੋਏ ਸਭ ਮਿਲਣਗੇ ਬਚੇ ਸਰਣ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਬਥਿਰ ਨਹੀਂ ਕੋਈ ਜੋ ਉਪਜਿਓ ਸੋ ਫਿਰ ਸਹ ਵਿਚਾਰਿਓ
वाहेगुरु जी का खालसा वाहेगुरु जी की फतेह। गुरु साहब जी ने साडी जिंदगी दे आउण ते जाण दे संबंधी बड़ा स्पष्ट सुनेहा महाराज ने दिता है। बिरखा हेठ सब जंत इकट्ठे, एक तत्ते एक बोलण मिठे, आस्था दोत भए उठ चले ज्यू ज्यू औद बिहाणी है। ये जिंदगी मनुख नूं मिली, सवासां दी पूंजी मिली, जिन्नी पूंजी सी उह संसार विच मनुख खर्च करके अकाल पुरख वाहिगुरु दे हुकम उत्ते आउंदा, वाहिगुरु दे हुकम उत्ते चला जाए। गुरु नानक साहब जी ने आसा दी वार विच इहदे संबंधी बड़ा स्पष्ट कहा कि जम्मण मरना हुक्म है, भाणे आवै जाए। जिंदगी अकाल पुरख वाहेगुरु की दात है, मौत भी उहदी रजा है। आउणा जाणा साडे किसे दे बस विच नहीं, जो साडे बस विच है उह इस सवासां दी पूंजी है, इह जीवन है। किसे नूं 20 वरे दा, किसे नूं 50 वरे दा, किसे नूं 100 वरे दा मिलिया, इस जीवन नूं असीं संसार विच किस तरह जीउणा, किवें जीउणा, इह साडे ते निर्भर करदा। गुरु साहब जी ने जिंदगी जीउण दे लई इक ओंकार तो लैके 18-10-20 तक शब्द गुरु श्री गुरु ग्रंथ साहिब पातशाह जी दी पावन पवित्र बाणी दा एक ज्ञान दा भंडार साडी झोली विच पाया और हुक्म कीता मनुख नूं कि जे इक चंगा जीवन जीउणा तां इक ओंकार तो लैके 18-10-20 तक सतगुरु शब्द गुरु श्री गुरु ग्रंथ साहिब दी बाणी अनुसार जीवन दा यतन करो। गुरु रूप गुरु खालसा साध संगत जी, वाहेगुरु जी का खालसा वाहेगुरु जी की फतह। जिन्ना समा भाई मनप्रीत सिंह जी नूं इस संसार विच रहण लई सतगुरु साहिब जी ने बख्शिश कीता सी, उहदी उह बहुत सुचज्जी वरतों करके साडे सब पासों शरीरक तौर ते विदाई लै चुके हन। पर परिवार ते स्नेही अपने पंथक फर्जा नूं अदा करदे होए पंथ वलों निर्धारित मर्यादा अनुसार अज दा गुरमत समागम आयोजित करके जिथे सतगुरु साहिब जी पास उहनां दे जीवन काल विच घड़ियां घालनावां नूं थाएं पाउण दी अरदास कर रहे हन, उत्थे उहनां दे जीवन काल विच कोई किसी तरह की भुल चुक हूं ती गलती की खिमा जाचना भी कर रहे। सतसंगत ते ठीक कहा गया, जन्म व्यक्तियों के बस में नहीं, ना मौत व्यक्तियों के बस में। जोर न जीवन मरन न जोर, जोर नाल कोई जीवन नहीं प्राप्त कर सकता, जोर नाल किसी नूं कोई मौत नहीं दे सकता। ये सुख दुख प्राप्तियां ना कामयाबियां ये सब अकाल पुरख वाहिगुरु के वस विच नहीं। कोई व्यक्ति ये नहीं चाहता कि उहदी झोली दुखां नाल भर जाए, हर व्यक्ति की इच्छा होंदी है कि उहदा परिवार सुखी बसे, उहदे बच्चे भुख बसन, उहदा परिवार तरक्कियां करे, चंगे रुतबिआं नूं प्राप्त होवे। परंतु अकाल पुरख वाहिगुरु के हुक्म तो बिना कुछ भी नहीं हो सकता। बहुत लोग ने ऐसे बड़े ताकतवर लोग ने जिहड़े अपने मुताबक हालातों बदलने की समर्था रखते हैं,
कई बारी हंकार विच आके कह भी दिंदे ने कि मैं आ कर सकदा, मेरे विच आ हिम्मत है। हालात बदलन वाले लोग भी इस संसार विचों तुरदे देखे देखे गए। महाराज का हुक्म जिहड़ा है वह वड्डियां ते छोटियां ते अमीरां ते गरीबां ते निमाणियां ते नताणियां ते हंकारियां ते नास्तकां ते आस्तकां ते सब दे बराबर लागू होता। महाराज आपां नूं बाणी विच समझाउंदे ने बादशाह शाह व्यापारी मरना जो दिसै सो कालै करना रहन ना पावै सुर नर देवा ऊठ सिधारे कर मुन जन सेवा। शाह विखे धन धन सतगुरु गुरु ग्रंथ साहिब जी महाराज जी की हाजिरी विच अज अपने प्यारे मित्र नूं श्रद्धा सत्कार भेट करन लई हाजिर गुरु प्यारी साध संगत जी गुरु फतेह की सांझ करो। वाहिगुरु जी का खालसा वाहिगुरु जी की फतेह। मैं कह सकता कि पंजोली साहब ने भौर साहब ने क्योंकि दोनों शख्सियतां ने जिन्होंने 11 साल मेरे नाल रल के मोढ़े नाल मोढ़ा ढा के इन्होंने श्रोमणी कमेटी नूं चलाउण दा यतन कीता। और मैं समझदा है कि विकास की पैर यह ठीक है कि हर प्रबंधक की अपनी सोच होंदी है अपने विचार होंदे ने अपना एक विचार होंदा कि जो सेवा मिली है तो उन्होंने निभाना किस तरह। मैं बेनती करनी चाहना कि 1979 लुधियाने के एक बहुत छोटे जे गुरद्वारा साहब की सेवा मैं मिली। बहुत छोटा जहा हाल सी भी तकरीबन 2-2.5 फुट डूंगा हो चुका सी, बाहर का लैवल उच्चा हो गया सी। संगत के चरणों में बेनती है कि सारिया ने प्रशादा छक के जाने की कृपालता करनी है। चाह का लंगर भी तैयार है, जिन्होंने प्रशादा छक लिया चाह का लंगर छक के सारी संगत जाने की कृपालता करे। फिर थोड़ा सारिया का बाबा बंदा सिंह बहादुर इंजीनियर कॉलेज के प्रिंसीपल साहब उन्होंने सारे स्टाफ बाबा बंदा सिंह बहादुर पॉलीटेक्निक कॉलेज गुरु ग्रंथ साहब विश्व यूनिवर्सिटी माता गुजरी कॉलेज उन्होंने सारे स्टाफ सारे विद्यार्थियों वालों ता सारे का बहुत बहुत धन्यवाद। वाहेगुरू जी का खालसा वाहेगुरू जी।